आप जो देख पोखा में एक कुरीत पैया करे ना एक फुल कुरीत इस कुरीत तो बाद दोबारा कुरीत नहीं पड़ा भाई अच्छा फिर सिर्फ ना इन्हें कुरीत मारनी है आ मुड़ दे पर आ दिया बस बल्कि आ मुड़ दे पर निकलना शुरू करता एक कबूतर डेढ़ था भाई इरफान पहले एक पार तो शुरू हुए दस पार डेगड़ के जिस रिटर्न में कली थी आ गया तो उसने बैक पार डेगड़ शुरू कर देना मुड़ दे पीछा अच्छा फिर मुड़ दे पीछा डेगड़ लग पा बस बड़ी बड़ी तीन पार डेगन लावेगा का शौक करा थले इरफान जी कलियां टाइम ज्यादा लैनिया ने कली 40 दिन लैंदी पूरा उस्ताद बाबू भी हमारे साथ मौजूद हैं चल आप दूजे बिल्कुल सफेद कित हो गया यार ये ना भाई इरफान बड़ा काल लोग जरा सरदार क्वालिटियां ने एक खट्टी तक हम जो बच्चे बुलाए ने खट्टी तक चिट्टी तक नहीं ये प्योर सफेद द्वेज तक नहीं शामिल होंगी चांदी पर शौक रहा थोड़ा बहुत इजाफा हो जाए दोस्त साडे लोग अक्सर वीडियो वेखदे ने पुछदे ने कबूतरां दे बिमारियां दे मुतलक भी दसन उस्ताद तुसीं माशाल्लाह काफी अच्छे शिकारी जे उस्ताद भाई अकरम बाबू भाई मियां खुदा यार वट्टू साहब थोड़े उत्ते देखा जी मियाँ खुदा यार वट्टू साहब मियाँ अहमद बागा ब्रांड उस्ताद मुहम्मद अहमद माशाल्लाह उस्ताद मुहम्मद अहमद का रिकॉर्ड है पिछले सीजन 11 दिन बच्चा उड़ाया सी साजी एवें गल है तो साजी बच्चों उड़ावण का की होना चाहिए थोड़ा जहा रोशनी का पाओ कि जेडे दोस्त अपने कबूतरों के शौकीन हैं नवे शौकीन हैं कि कबूतरों के या तो कोई एक टॉपिक बना लें आप या तो कोई जोड़ों के मुतलक तुम तिने उस्ताद बैठे तिने दसो ਕਿਹੜਾ ਟਾਪਿਕ ਸ਼ੁਰੂ ਕਰੀਏ ਮਕਸਦ ਹੈ ਕਿ ਚਾਹੇ ਤਾਂ ਬਿਮਾਰੀ ਦਾ ਕੋਈ ਲੈ ਲਓ ਚਾਹੇ ਤੁਸੀਂ ਜਿਹੜਾ ਹੈ ਜੋੜਿਆਂ ਦੇ ਮਤਲਬ ਕੋਈ ਇੱਕ ਜਿਹੜਾ ਟਾਪਿਕ ਨਾ ਇਸ ਵੀਡੀਓ ਦੇ ਵਿੱਚ ਆਪਾਂ ਸਾਰੇ ਦੋਸਤਾਂ ਨੂੰ ਦੱਸੀਏ ਚੰਗੇ ਜੋੜੇ ਦਾ ਜੀ ਚਲੋ ਜੀ ਮੈਂ ਖੁਦਾ ਯਾਰ ਸਾਹਿਬ ਤੁਸੀਂ ਦੱਸੋ ਕਿ ਚੰਗੇ ਜੋੜੇ ਦਾ ਬਰੀਡਰ ਜੋੜੇ ਦੀ ਕੀ ਹੋਣਾ ਖਸੂਸੀਅਤ ਕੀ ਹੋਣੀ ਚਾਹੀਦੀ ਹੈ ਤੇ ਉਹਦਾ ਕੀ ਤਰੀਕਾਕਾਰ ਇਹ ਲਾਉਣ ਦਾ ਉਹਦੇ ਬਾਰੇ ਥੋੜ੍ਹਾ ਜਿਹਾ ਗੱਲ ਇਰਫਾਨ ਅਗਰ ਜੋੜੇ ਦੇ ਦੋਵਾਂ ਚੀਜ਼ਾਂ ਦੀ ਕੁਆਲਿਟੀਆਂ ਵੇਖਣੀਆਂ ਪੈਂਦੀਆਂ ਅਗਰ ਕਬੂਤਰ ਬਰੀਕ ਪਰਦਾ ਹੈ ਪਰ ਚੈੱਕ ਕਰਨਾ ਚਾਹੀਦਾ ਕਬੂਤਰ ਦੇ ਮੇਰੇ ਹਿਸਾਬ ਨਾਲ ਸਹੀ ਅਗਰ ਕਬੂਤਰ ਦੀ ਕਾਦ ਬਰੀਕ ਪਰਦਾ ਹੈ ਤਾਂ ਉਹਨਾਂ ਨਾਲ ਮਾਦੀ ਤੁਸੀਂ ਗੋਲ ਪਰ ਦੀ ਲਾ ਸਕਦੇ ਹੋ ਕ੍ਰਾਸ ਪਰ ਜੋੜਾ ਬਣਾ ਲਿਆ ਦੱਸੋ ਕਬੂਤਰ ਦੀ ਅਗਰ ਹਾਈਟ ਜ਼ਿਆਦਾ ਹੈ ਮਤਲਬ ਲੈਂਥ ਦਾ ਜ਼ਿਆਦਾ ਲੰਬਾ ਜੋੜਾ ਕਬੂਤਰ ਹੈ ਤਾਂ ਉਹਨਾਂ ਨਾਲ ਮਾਦੀ ਲਾਓ ਦਰਮਿਆਨੇ ਕਰ ਦੀ ਸਹੀ ਉਹਨਾਂ ਦਾ ਕ੍ਰਾਸ ਜ਼ਿਆਦਾ ਅੱਛਾ ਬਵੇਗਾ ਸਹੀ ਤੇ ਉਹ ਜਿਹੜਾ ਤੁਹਾਡਾ ਬਿਲਕੁਲ ਕਾਮਯਾਬ ਹੋਵੇ ਉਹ ਬੱਚੇ ਸਹੀ ਉਡਾਏਗਾ ਬਿਲਕੁਲ ਸਹੀ ਉਡਾਵੇਗਾ ਇਨਸ਼ਾਅੱਲਾ ਲੇਕਿਨ ਆ ਜੋੜਿਆਂ ਦੀ ਸੱਲੀ ਹੋਣੀ ਚਾਹੀਦੀ ਜਾਨਵਰ ਦੀ ਉੱਡੇ ਉਡਾਏ ਆ ਦੇ ਵੇਖੇ ਵਾਲੇ ਕਬੂਤਰ ਹੋਣੇ ਚਾਹੀਦੇ ਮਕਸਦ ਹੈ ਕਿ ਉਹ ਤੁਹਾਡਾ ਬਿਲਕੁਲ ਕਾਮਯਾਬ ਉਹ ਆਦੀ ਜਿਹੜੀ ਇਹ ਆਦੇ ਹੋਣੇ ਚਾਹੀਦੇ ਨੇ ਕਬੂਤਰ ਇਹ ਨਾ ਹੋਵੇ ਕਿ ਜਿਹੜਾ ਪਕੜੇ ਪਕੜਾਏ ਕਬੂਤਰਾਂ ਦੇ ਆਪਾਂ ਜੋੜੇ ਲਾ ਦੇ ਜਿਹੜਾ ਨਾ ਉਹ ਨਹੀਂ ਸੀ ਤਸੱਲੀ ਆ ਜਾਣਾ ਚਾਹੀਦੀ ਮਿਆਬਦ ਵਾਗਾ ਸਾਹਿਬ ਤੁਹਾਡਾ ਕੀ ਖਿਆਲ ਹੈ ਜੋੜੇ ਦੇ ਮੁਤਲਕ ਜੋੜੇ ਦੇ ਮੁਤਲਕ ਇਹ ਜੀ ਕਿ ਦਮਦਾਰ ਮੱਜ ਦਾ ਪਤਾ ਹੋਵੇ ਅੱਛਾ ਜੀ ਪਰ ਆਪਾਂ ਦੇ ਕੁਆਲਟੀਆਂ ਦਾ ਆਪਾਂ ਨਹੀਂ ਪਤਾ ਲੇਕਿਨ ਜਾਨਵਰ ਤੁਹਾਡੇ ਬਲੱਡ ਵਾਲੇ ਹੋਣੇ ਚਾਹੀਦੇ ਨੇ ਨਸਲੀ ਗਰਦ ਵਾਲੇ ਹੋਣ ਪਤਾ ਹੋਵੇ ਤੁਹਾਨੂੰ ਕਿ ਇਹ ਬਲੱਡ ਜਿਹੜਾ ਉੱਡਦਾ ਰਿਹਾ ਸਾਡਾ ਤੇ ਖਾਨਦਾਨੀ ਕਬੂਤਰ ਨੇ ਬਾਅਦ ਹੀ ਪੈਦਾ ਹੁੰਦਾ ਕਿ ਬਹੁਤ ਅੱਛੇ ਕਬੂਤਰ ਦੇ ਬੱਚੇ ਅੱਛੇ ਦਾ ਉੱਡਣ ਬਾਕੀ ਜਿਹੜਾ ਜਨਾਬ ਪਰ ਜਿਹੜੀ ਕੁਆਲਿਟੀ ਦੀ ਖੁਦਾਇਰ ਸਾਹਿਬ ਨੇ ਉਹ ਵੀ ਠੀਕ ਹੈ ਪਰ ਬਰੀਕ ਹੋਣੇ ਚਾਹੀਦੇ ਨੇ ਝੁਕਾਓ ਉਹਨਾਂ ਦਾ ਥੜਲੀ ਸਾਈਡ ਤੋਂ ਹੋਣਾ ਚਾਹੀਦਾ ਉਪਲੀ ਸਾਈਡ ਨਹੀਂ ਤੇ ਹੱਡੀ ਦਾ ਜੋੜ ਜਿਹੜਾ ਬਿਲਕੁਲ ਬੰਦ ਪਿਛਲਾ ਜੋੜ ਜਿਹੜਾ ਬਿਲਕੁਲ ਬੰਦ ਉਂਗਲਾਂ ਜਿਹੜੀਆਂ ਜਨਾਬ ਜੀ ਉਹ ਲੰਬੀਆਂ ਤੇ ਨਲੀ ਲਲੀ ਲੰਬੀ
ਤੇ ਕੱਦ ਕਾਠ ਜਿਹੜਾ ਇਹਨਾਂ ਦੇ ਨਾਲ ਜੀ ਉਹ ਜਿਹੜਾ ਹੋਇਆ ਕਬੂਤਰ ਦਾ ਕਿਉਂਕਿ ਆਪਣੇ ਮਿੰਜਰਾਬਾਦ ਦੇ ਵਿੱਚ ਨਾ ਲੋਹ ਬਹੁਤ ਜ਼ਿਆਦਾ ਚੱਲਦੀ ਹੈ ਅਤੇ ਇੱਧਰ ਬਾਰੇ ਵਜੂਦ ਦਾ ਕਬੂਤਰ ਨਹੀਂ ਉੱਡ ਸਕਦਾ ਪਾਰ ਸਾਹੀਵਾਲ ਇੱਧਰ ਉਹਨਾਂ ਉਡਾ ਸਕਦੇ ਕਬੂਤਰ ਨਹੀਂ ਉੱਡਦਾ ਮਿੰਜਰਾਬਾਦ ਦੇ ਵਿੱਚ ਜਿਹੜਾ ਬਾਰੇ ਵਜੂਦ ਦਾ ਕਬੂਤਰ ਦੀ तकरीबन हर बंदे को शौक शिकार बहुत ज्यादा है इस वजह तो मोड़ पै जाते हैं तो जो शिकारी हैं अक्सर वह यही पसंद करते हैं कि वड्डे वजूद का कबूतर हो मोड़ दे इन्दे बारे की ख्याल गर्मी ਦੇ ਵਿੱਚ ਆਗ ਚੈੱਕ ਕਰ ਲਓ ਦਰਿਆ ਦੀ ਪੁਲ ਤੇ ਖੜੋ ਜਾਓ ਪੁਲ ਤੋਂ 10 ਕਦਮ ਐਂ ਤੇ 10 ਕਦਮ ਪਰਾਂ ਹਵਾ ਦੀ ਨਮੀ ਤੇ ਹਵਾ ਦਾ ਤੁਸੀਂ ਜਨਾਬ ਜੀ ਜਿਹੜਾ ਦਬਾਅ ਚੈੱਕ ਕਰ ਲੈਣਾ ਮਿੰਚਨਾਬਾਦ ਦੇ ਵਿੱਚ ਵੇੜਨ ਨੂੰ ਤਾਂ ਕਰਨਾ ਬਹੁਤ ਮਵਾਲ ਹੈ ਕਿਉਂਕਿ ਆਪਣਾ ਇਲਾਕਾ ਬਹੁਤ ਗਰਮ ਤਰੀਨ ਇਲਾਕਾ ਹੈ ਮੈਂ ਇੱਥੋਂ ਲਜਾ ਕੇ ਕਬੂਤਰ ਬੁੜਾਲੇ ਛੱਡਦਾ ਰਿਹਾ ਮਾਮੂ ਦੇ ਪਿੰਡ ਸ਼ੇਖ ਪਾਲ ਤੱਕ 98 ਈਵੀ ਅੱਛਾ ਜਿਹੜਾ ਪ੍ਰਿੰਦਾ ਇੱਥੇ 10-11 ਵਜੇ ਤੱਕ ਉੱਡਦਾ ਸੀ ਰਾਤ 12 ਵਜੇ ਆਉਂਦਾ ਸੀ ਸਾਹਬ ਲਾਓ ਸਹੀ ਜਿਹੜਾ ਉਹ ਪ੍ਰਿੰਦਾ ਨੇ ਬਣਾ ਕੇ ਨਹੀਂ ਉੱਡੇ ਸਾਡਾ ਆਪਦਾ ਇੱਕ ਕਬੂਤਰ ਤਫਾਮੂ ਕੋੜਦਾ ਰਿਹਾ 5 ਸਾਲ ਵੀ ਨਹੀਂ ਰਿਹਾ ਉਹ ਲੇਕਿਨ ਉਹ ਕਬੂਤਰ ਇੱਥੇ ਹੀ ਕੱਟ ਜਾਂਦਾ ਸੀ ਮਿੰਚਰਾ ਵਾਲਿਆਂ ਦੇ ਛੱਡਦੇ ਸੀ ਉਹਦਾ ਉੱਥੇ ਜਾ ਖੜੇ ਦੇ ਵੱਜ ਜਾਂਦਾ ਸੀ ਆਪਣੀ ਗਰਮੀ ਬਹੁਤ ਜ਼ਿਆਦਾ ਸਾਡੇ ਇਲਾਕੇ ਨੇ ਗਰਮ ਤਰੀਨ ਇਲਾਕੇ ਨੇ ਰੇਤਲੇ ਇਲਾਕੇ ਨੇ ਇਸ ਵਜ੍ਹਾ ਤੋਂ ਨਾ ਗਰਮੀ ਲਈ ਬਹੁਤ ਜ਼ਿਆਦਾ ਇੱਧਰ ਤੇ ਲੋਹ ਦੇ ਵਿੱਚ ਕਬੂਤਰ ਬਤਲੇ ਵਜੂਦ ਦਾ ਛਿਕਵੇਂ ਵਜੂਦ ਦਾ ਕਬੂਤਰ ਉੱਡਦਾ ਹੈ ਬਾਰੇ ਵਜੂਦ ਦਾ ਕਬੂਤਰ ਜਿਹੜਾ ਨਾ ਰੈਲੇ ਦਿਨ ਦੇ ਵਿੱਚ ਜਾਂ ਠੰਡੇ ਦਿਨ ਦੇ ਵਿੱਚ ਤੋੜ ਸਕਦਾ ਹੈ ਤੇ ਗਰਮੀ ਦਾ ਝਟਕਾ ਬਰਦਾਸ਼ਤ ਨਹੀਂ ਹੁੰਦਾ बहुत शुक्रिया मियां बदवाक जी उस्ताद मोहम्मद अहमद साहब उस्ताद मोहम्मद अहमद उर्फ मम्मू भाई उस्ताद मोहम्मद अहमद दसो जी कबूतर के मुतलक जोड़े जोड़े के मुतलक एक टॉपिक छिड़े डाडा इस बारे की ख्याल है नहीं 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 उस्ताद जी तुसी ना मेरी गल सुनो नहीं नहीं भाई मोहम्मद अहमद वीडियो बन रही है इन्होंने काफ़ी दोस्त देखे अक्सर दोस्त मैं सवाल करते हैं परसनल मैं कमेंट्स भी कहते हैं मैंने कई जो जाती तौर पर जानते हैं मैंने मोबाइल से आके आप मेरे वट्सअप से भी कहते हैं कि यार तुसी ना कोई एक टॉपिक छेड़ के जो उन्हें गल किया करो तुसी अपनी राय देनी है हर बंदे ने अपनी राय दे नहीं अच्छा है माशाल्लाह यारा दे बच्चा उड़ा लिया ने अजे पैर रखते पे गल ले के ना तुसी हुण ਤੁਸੀਂ ਹੁਣ ਇਹ ਗੱਲ ਕਰਨਾ ਹੈ ਕਿ ਤੂੰ ਇਹ ਤਾਂ ਫਿਰ ਇਹਦਾ ਮਤਲਬ ਕਿ ਵੀਡੀਓ ਬਣਦੀ ਪਈ ਤੇ ਤਾਂ ਤੂੰ ਨਹੀਂ ਜਿਹੜਾ ਹੈ ਦੱਸਦਾ ਵੀ ਯਾਰ ਦੱਸ ਉਸਤਾਦ ਖੋਲ ਕੇ ਗੱਲ ਕਰ ਚਲੋ ਜਿਹੜਾ ਤੁਹਾਡਾ ਤਜਰਬੇ ਦੇ ਵਿੱਚ ਗੱਲ ਆਈ ਹੈ ਬਖਸ਼ ਦਾਖਰ ਤੁਸੀਂ ਜੋੜੇ ਵੀ ਤਾਂ ਲਾਈ ਹੋਣੇ ਇਹਨਾਂ ਜੀ ਜਿਹੜੇ ਤੁਹਾਡੇ ਤਜਰਬੇ 'ਚ ਗੱਲ ਆਈ ਹੈ ਪੰਜ ਕਬੂਤਰ ਆਏ ਪੰਜਾ ਛੇ ਕਬੂਤਰ ਜਾਂ ਆਪਾਂ ਜਿਹੜਾ ਤਜਰਬੇ ਜਾਂ ਮੈਂ ਦੱਸਾਂ ਕਬੂਤਰ ਬਹੁਤ ਆੜ ਹੈ ਇਹ ਆਪਾਂ ਨੂੰ ਪਸੰਦ ਚਲੋ ਆ ਤੁਹਾਡੇ ਕੋਲ ਹੁਣ ਕੋਈ ਜੋੜੇ ਆਏ ਸਾਨੂੰ ਇਹਦੇ ਬਾਰੇ ਦੇ ਵਿੱਚ ਕੋਈ ਥੋੜਾ ਇਹਨਾਂ ਦੇ ਬਾਰੇ ਜੇ ਇਹਨਾਂ ਦੇ ਨਾਲ ਸਾਹਮਣੇ ਆਉਂਦਾ ਤੁਸੀਂ ਜਿਹੜਾ ਨਾ ਸਾਨੂੰ ਇਹਨੇ ਇਹਨਾਂ ਦੀ ਕੁਆਲਿਟੀਆਂ ਵੀ ਦੱਸਣੀਆਂ ਹਨ ਕਿ ਇੱਕ ਕਿਸ ਕਿਸਮ ਦੇ ਜਿਹੜੇ ਹਨ ਇਹ ਸਮੀ ਭਾਈ ਦੇ ਕਬੂਤਰ ਹਨ ਜੀ ਸਮੀ ਭਾਈ ਮਾਸ਼ਾਅੱਲਾ ਸਮੀ ਭਾਈ ਇਹ ਕਿਹੜੀ ਬਰੀਡ ਬਰੂਡ ਦੇ ਕਬੂਤਰ ਹਨ ਆ ਆ ਸਾਫ ਕਰ ਲਓ ਥੋੜਾ ਥੱਲੇ ਇਹ ਕਬੂਤਰ ਜਿਹੜੇ ਤੁਸੀਂ ਲੈ ਕੇ ਆਏ ਹੋ ਅਸੀਂ ਜਿਨ੍ਹਾਂ ਦਾ ਸ਼ੌਕ ਕਰਨ ਲੱਗੇ ਇਹ ਕਬੂਤਰਾਂ ਦਾ ਕੀ ਸੀਨ ਹੈਗਾ ਕੀ ਦਿੰਦਾ ਤੁਸੀਂ ਇੱਕ ਜੋੜਾ ਛਿਟੀਆਂ ਦਾ ਜੀ ਅੱਛਾ ਜੀ ਤੇ ਆਹ ਵਾਲਾ ਜੋੜਾ ਸ਼ੱਕ ਹੈ ਜੀ ਯਾਰ ਕਾਲਾ ਡੱਬਾ ਕਬੂਤਰ ਹੈ ਆ ਛਿਟੀ ਕਬੂਤਰੀ ਹੈ ਲੇਕਿਨ ਇਹਨਾਂ ਦੇ ਬੱਚੇ ਬੜੀ ਹੀ ਜ਼ਿਆਦਾ ਪਰਵਾਹ ਦਿੰਦੇ ਨੇ ਔਰ ਮੇਰੇ ਲੇਖੇ ਵਾਲੇ ਨੇ ਉਡਾਏ ਹੋਏ ਨੇ ਨਹੀਂ ਮਕਸਦ ਇਹ ਤੁਸੀਂ ਕਿੱਥੋਂ ਆਏ ਤੁਹਾਡੇ ਕੋਲ ਕਿੱਥੋਂ ਆਏ ਸਨ ਇਹ ਮੁੱਲ ਲਿਆ ਸੀ ਕਾਹਦੇ ਆਏ ਅੱਛਾ ਮਕਸਦ ਇਹਨਾਂ ਦਾ ਕੋਈ ਇਹਨਾਂ ਦਾ ਕੋਈ ਆਈਡੀਆ ਹੈ ਕਿਹੜੇ ਉਸਤਾਦ ਦੇ ਜਾਂ ਕਿੱਥੋਂ ਆਏ ਜਾਂ ਕੀ ਬਣੇ ਨਹੀਂ ਆਉਂਦਾ ਕੋਈ ਨਾ ਠੀਕ ਜੀ ਉਸਤਾਦ ਮੁਹੰਮਦ ਆਮ ਸਾਹਿਬ ਸ਼ੌਕ ਰੋ ਹੋ ਤੁਹਾਡੇ ਕੋਲ ਕਿਹੜਾ ਕਬੂਤਰ ਹੈ ਇਹਦੇ ਬਾਰੇ ਥੋੜਾ ਜਿਹਾ ਸਾਨੂੰ ਥੋੜੇ ਇਹਦੀ ਅੱਖ ਦਾ ਸ਼ੌਕ ਤਾਂ ਉਸਤਾਦ ਜੀ ਨਹੀਂ ਇਹ ਚਿੱਟੀ ਅੱਖ ਦਾ ਉਸਤਾਦ ਜੀ ਉਸ ਦਾ ਬੰਦਾ ਆ ਪਿਓ ਹੈ ਜਿਹੜਾ ਬੱਚਾ ਤੇਰੇ ਕੋਲ ਦਾ ਰਿਹਾ ਅੱਛਾ ਉਹਦਾ ਪਿਓ ਅੱਛਾ ਮਾਸ਼ਾਅੱਲਾ ਸੁੱਕ ਦਿੱਤਾ ਇਹਦੇ ਪੰਜਾਂ ਦਾ ਸ਼ੌਕ ਰਹੇ ਮੈਂ ਵੀ ਜਾਣਾ ਆਪਾਂ ਮੋਟਰ ਲੈਣਾ ਉਹ ਵਾਲਾ ਭੁੱਲ ਗਿਆ ਤੂੰ मकसद है कि नीवा नीवा हो रहे हैं ਇਹ ਅੱਛਾ ਇਹ ਨਿਸ਼ਾਨੀ ਹੈ ਕਿ ਉਹ ਕਬੂਤਰ ਜਿਹੜਾ ਬਹੁਤ ਅੱਛਾ ਹੋਏਗਾ ਮਕਸਦ ਹੈ ਕਿ ਜਿਹੜਾ ਜਿਹੜਾ ਹੁਣ ਤੁਸੀਂ ਕਬੂਤਰ ਹੱਥ 'ਚ ਫੜਿਆ ਹੋਇਆ ਹੈ ਇਹ ਮੁੜ ਇਹਦਾ ਮਤਲਬ ਹੈ ਕਿ ਬਹੁਤ ਹਾਰਡ ਅਤੇ ਚੰਗਾ ਕਬੂਤਰ ਹੈ ਪੰਜਾਂ 'ਚ ਆਇਆ ਕਬੂਤਰ ਮਾਰ ਖਾ ਲਏਗਾ ਅਤੇ ਕਿਸੇ ਗੱਲ ਦੁਖਾ ਲਏਗਾ ਸਹੀ
चलो आप भैया दूसरा दिखाया जो उस्ताद लो सर इसे एकदम सही किताब को मगली सर दूंगी बनाई करो माशाल्लाह साहब ए जोड़ा मिला क्वालिटी अच्छा जी आ मादी जी मैं लवाया हुई है मादी हूँ उस कबूतर के हिसाब की नहीं ये और वंट दी है और वंट पर जोड़ा सही लगा जोड़ा सही लगे जोड़ा बेहतरीन लगा अच्छा जी सख्ती के हिसाब का है थोड़ी नरम है अच्छा ये नरम है जी मकसद है बच्चे ने की करेंगे जी बच्चे चंगे उठ चंगे उठ कबूतर दो में एको साथ लग जाए तो परिंदे सख्त निकलते हैं तो जाया होने खतरे में सही ये भी चिक्की है हाँ जी आप मियाँ आबद बाका साहब हूँ तुम दसो एक फड़ो ना आबद जी एक 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 हूँ तुम हाँ भाई भाई समी का वाला कबूतर है काला डब्बा अच्छा जी बच्चे पिछले साल बाजी जित के रात को 8:30 बजे बैठे थे अच्छा जी समी भाई ये खुद भी उठता रहे नहीं खुद उठता रही है पिछले मालकों के कोल इनकी जी है फिरत सत्त सत्त हैगी सी तो इन बाजियां नहीं पई सन अच्छा हाँ जी ਇੰਦੀ ਆਖ ਦਾ ਸ਼ੌਕ ਨਹੀਂ ਡੱਬੇ ਦਾ ਤੀਰ ਮਾਰਦੇ ਕੱਖ ਵਿੱਚ ਦੂਜੀ ਆਖ ਤੇ ਤੇ ਸ਼ੱਕ ਹੀ ਹੈ ਇਹ ਦੂਜੀ ਸ਼ੱਕ ਹੀ ਹਾਂਜੀ ਇਹ ਸ਼ੱਕ ਅਸੀਂ ਬਾਹਰ ਚਿੱਟੇ ਪਰ ਖੋਲੀ ਪਾਰਨ ਦੇ ਆ ਦੇਖੋ ਕਤਰੇ ਕਬੂਤਰ ਦੇ ਪਰਾਂ ਦਾ ਜਿਹੜਾ ਨਾ ਕੋਈ ਆਈਡੀਆ ਨਹੀਂ ਹੁੰਦਾ ਨਾ ਇਨ ਇਹਦੇ ਨਾਲ ਮਾਦੀ ਬਖਾਨਾ ਕਿਹੜੀ ਲੱਗੀ ਜੀ ਮਾਦੀ ਸ਼ੱਕ ਹੀ ਆ ਮਾਦੀ ਸ਼ੱਕ ਹੀ ਹੈ ਮਾਦੀ ਦੇ ਉਹ ਜਿਹੜੇ ਪਰ ਕਾਲਾ ਅੱਛਾ ਜੀ ਇਹ ਬਸਮੀ ਤੇ ਜਿਹੜਾ ਦੂਸਰਾ ਬੱਚਾ ਨਾਲ ਹੁੰਦਾ ਸੀ ਨਹੀਂ ਦੇਖ ਤੇ ਸ਼ੌਕ ਡੱਬੇ ਦੇ ਨਾਲ ਇਹ ਉਸ ਬੱਚੇ ਦੀ ਮਾਂ ਅੱਛਾ ਜਿਹੜਾ ਇਸ ਡੱਬੇ ਦੇ ਬਰਾਦ ਨਾਲ ਉੱਡਿਆ ਸੀ ਇਹਦੇ ਪੰਜਾਂ ਦਾ ਸ਼ੌਕ ਰੇ ਮਾਸ਼ਾਅੱਲਾ ਬਸ ਬਸ ਜਿਹੜਾ ਜੋੜੇ ਖਰਾਬ ਹੋ ਗਏ ਇਹਦਾ ਨਰ ਮਰ ਗਿਆ ਉਹਦੀ ਮਾਦੀ ਮਰ ਗਈ ਮਾਮੂ ਸਿੱਧਾ ਨਹੀਂ ਕੋਣ